ਬਲਸਾਰ ਮਨ ਸੋ ਦਿਨ ਸੰਯੋਗੜ ਡਿਠਾ ਗੁਰਦਰਸਾਰ ਸੰਤ ਸਹਾਈ ਜੀ ਕੇ ਬਾਬ ਜਲ ਧਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਨਾਨਕ ਨਾਮ ਪਿਆਰ ਭੂਮੀ ਲੁੱਟ ਲੈ ਲੁੱਟ ਰਾਮ ਨਾਮ ਦੀ ਮਨਾਂ 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 ਲੁੱਟ ਲੈ ਲੁੱਟ ਰਾਮ ਨਾਮ ਦੀ ਲੁੱਟ ਪੈ ਗਈ ਹੈ ਮਨਾ ਰਾਮ ਨਾਮ ਦੀ ਲੁੱਟ ਲੈ ਲੁੱਟ ਰਾਮ ਨਾਮ ਦੀ ਉਹ ਮਨਾ ਲੁੱਟ ਲੈ ਲੁੱਟ ਰਾਮ ਨਾਮ ਦੀ ਮਨਾ ਲੁੱਟ ਲੈ ਲੁੱਟ ਲੈ ਲੁੱਟ ਰਾਮ ਨਾਮ ਦੀ ਮਨਾਂ ਲੁੱਟ ਲੈ ਲੁੱਟ ਰਾਮ
ਰਾਮ ਨਾਮ ਦੀ, ਲੁੱਟੇ ਰਾਮ ਨਾਮ ਦੀ। ਲੁੱਟ ਲੈ ਲੁੱਟ ਰਾਮ ਨਾਮ ਦੀ, ਮਨਾਲ ਲੁੱਟ ਲੈ ਲੁੱਟ ਰਾਮ ਨਾਮ ਦੀ, ਮਨਾ ਲੁੱਟ ਲੈ ਲੁੱਟ ਰਾਮ ਨਾਮ ਦੀ, ਮਨਾ ਲੁੱਟ ਲੈ ਲੁੱਟ ਰਾਮ ਨਾਮ ਦੀ। ਸੇ ਬਚਤਾ ਹੋਗੇ ਜਾਂ ਪ੍ਰਾਨ ਜਾਹੇਂਗੇ ਸੂਟ। ਕਬੀਰ ਇੱਕ ਘੜੀ ਆਦਿ, ਘੜੀ ਆਦਿ ਮੁਦੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕਿ ਨੌ ਸੌ ਲਾਭ। ਲੁੱਟਾਂ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈਗੀ ਰਾਮ ਨਾਮ ਦੀ। ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈਗੀ ਰਾਮ ਨਾਮ ਦੀ। ਨਸੀਬਾਂ ਵਾਲੇ ਬੰਦੇ ਲੁੱਟ ਪੈਗੀ ਰਾਮ ਕਰੋ ਭੈਣਾ ਗੱਜ ਕੇ। ਲੁੱਟ ਪੈ ਗਈ ਰਾਮ ਨਾਮ ਦੀ, ਲੁੱਟ ਲੋ ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈਗੀ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈਗੀ ਰਾਮ ਨਾਮ ਦੀ। ਸਤਿਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਸਾਧ ਸੰਗਤ,
ਸਾਰੇ ਕਰੋ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤ ਸ੍ਰੀ ਅਕਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਸਰਬੱਤ ਮਾਈ ਭਾਈ ਮਹਾਂਪੁਰਖਾਂ ਦੀ ਪ੍ਰੇਰਣਾ ਅਨੁਸਾਰ ਸਮੂਹ ਨਗਰ ਨਿਵਾਸੀ ਜੱਸੋਵਾਲ ਦੀਆਂ ਸੰਗਤਾਂ ਨੇ ਉਪਰਾਲਾ ਕੀਤਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀ ਰਚਨਾ ਕੀਤੀ। ਮਾਨ ਸਰੋਵਰ ਦਾ ਆਨੰਦ ਮਾਣ ਰਹੇ ਹੋ। ਅਰਦਾਸ ਤੋਂ ਪਹਿਲਾਂ ਰਾੜਾ ਸਾਹਿਬ ਦੀ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜਾ ਆਨੰਦਮਈ ਵਚਨ ਸੁਣਾਏ, ਗਮਾਏ ਹੋਏ ਜੀਵਨ ਵਾਲਿਆਂ ਦੀਆਂ ਬਾਣੀਆਂ ਕਹਾਣੀਆਂ ਦੇ ਨਾਲ ਜੋੜਿਆ। ਆਓ, ਜਿੰਨਾ ਕੁ ਸਮਾਂ ਦਾਸ ਕੋਲ ਹੈ ਉਨਾ ਕੁ ਸਮਾਂ ਸਾਰੀ ਸੰਗਤ ਨੂੰ ਬੇਨਤੀ ਹੈ, ਰੌਲੇ ਤੋਂ ਸੰਕੋਚ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ। ਕਿਉਂਕਿ ਮਹਾਂਪੁਰਖਾਂ ਦੇ ਜੀਵਨ 'ਤੇ ਬਾਬਾ ਜੀ ਚਾਨਣਾ ਪਾ ਰਹੇ ਸਨ ਕਿ ਧੰਨ ਮਹਾਂਪੁਰਖ 20ਵੀਂ ਸਦੀ ਕੇ ਅਵਤਾਰ ਧੰਨ ਬਾਬਾ ਤਰ ਸਿੰਘ ਜੀ ਮਸਟਮਾਣਾ ਸਾਹਿਬ ਵਾਲੇ, ਜਿਨ੍ਹਾਂ ਨੇ ਇਹ ਮਾਤ ਲੋਕ 'ਤੇ ਰਹਿੰਦਿਆਂ ਵੀ ਪਰਉਪਕਾਰ ਕੀਤੇ, ਜਦੋਂ ਸੰਸਾਰ ਤੋਂ ਚਲੇ ਗਏ ਉਦੋਂ ਵੀ ਪਰਉਪਕਾਰ ਕੀਤੇ। ਅੱਜ ਭਾਵੇਂ ਸਰੀਰ ਵਿੱਚ ਮਹਾਂਪੁਰਖ ਨਹੀਂ ਵੀ ਹਨ, ਤਾਂ ਵੀ ਉਹਨਾਂ ਮਹਾਂਪੁਰਖਾਂ ਦੇ ਆਸੇ 'ਤੇ ਜਿਹੜੀਆਂ ਸੰਗਤਾਂ ਚੱਲ ਰਹੀਆਂ ਨੇ, ਆਨੰਦ ਵਰਤਾ ਰਹੀਆਂ ਨੇ ਸਾਧ ਸੰਗਤ, ਅੱਜ ਤੁਸੀਂ ਆਪ ਕੀ ਮਹਿਸੂਸ ਕਰ ਰਹੇ ਹੋ, ਅਨੁਭਵ ਕਰ ਰਹੇ ਹੋ? ਅੱਜ ਬਾਬਾ ਹਰਸਨੂਰ ਸਿੰਘ ਜੀ ਬੈਠੇ ਨੇ, ਇਹ ਉਸ ਸੰਪਰਦਾ ਦੇ ਫੁੱਲ ਹਨ, ਰਾੜਾ ਸਾਹਿਬ ਦੀ ਧਰਤੀ ਦਾ ਐਸਾ ਆਨੰਦ ਹੈ। ਗੁਰਮੁਖੋ ਸੰਤ ਮਹਾਰਾਜ ਸੰਤ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਧੰਨ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ, ਐਸੇ ਬੂਟੇ ਲਾ ਕੇ ਗਏ ਨੇ, ਐਸਾ ਗੁਲਦਸਤਾ ਬਣਾ ਕੇ ਗਏ ਨੇ ਜਿਹਦੇ ਵਿੱਚੋਂ ਰੰਗ ਬਿਰੰਗੇ ਫੁੱਲਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਧੰਨ ਭਾਗ ਜੱਸੋਵਾਲ ਨਗਰ ਦੇ, ਜਿੱਥੇ ਕੋਈ ਰੱਬ ਦਾ ਪਿਆਰਾ ਪਰਉਪਕਾਰੀ ਬੰਦਗੀ ਕਰਨ ਵਾਲਾ, ਭਾਵੇਂ ਭਾਈ ਕਹਿ ਲਓ, ਗੁਰਮੁਖ ਕਹਿ ਲਓ, ਸੰਤ ਕਹਿ ਲਓ, ਇਹ ਤਾਂ ਸਾਡੇ ਹੀ ਵਹਿਮ ਬਣਾਏ ਹੋਏ ਨੇ, ਕਿਤੇ ਭਾਈ ਸਾਹਿਬ ਦਾ ਦਰਜਾ ਘੱਟ ਹੈ। ਅੱਜ ਕਹਿੰਦੇ ਹਾਂ ਨਾ ਆਪਾਂ ਵੀ ਸੰਤ ਨਾ ਕਹੋ ਜੀ, ਸਾਧੂ ਨਾ ਕਹੋ, ਭਾਈ ਸਾਹਿਬ ਕਹੋ। ਕਿਤੇ ਭਾਈ ਸਾਹਿਬ ਉਹਨਾਂ ਦੀ ਕੁਰਬਾਨੀਆਂ ਨੂੰ ਪੜ੍ਹ ਕੇ ਦੇਖੋ, ਭਾਈ ਸਾਹਿਬ ਮਨੀ ਸਿੰਘ ਦੀ ਕਮਾਈ ਨੂੰ ਪੜ੍ਹੋ, ਭਾਈ ਮਨੀ ਸਿੰਘ ਦੀ ਕਮਾਈ, ਜਿਨ੍ਹਾਂ ਨੇ ਬੰਦ ਬੰਦ ਕਟਵਾਇਆ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੂੰ ਪੁਕਾਰਿਆ ਜਾਂਦਾ। ਅੱਜ ਕਿਸੇ ਦੀ ਉਂਗਲ 'ਚੋਂ ਥੋੜ੍ਹਾ ਜਿਹਾ ਖੂਨ ਨਿਕਲ ਆਵੇ ਨਾ, ਤਾਂ ਲੱਗ ਜਾਂਦੇ ਹਾਂ ਮਾਰਨ, ਪੈਰ ਵਿੱਚ ਕਿਤੇ ਕੰਡਾ ਲੱਗ ਜਾਵੇ, ਬਹੁਤ ਦੁੱਖ ਪਾਉਂਦੇ ਹਾਂ।
ਪਰ ਉਹਨਾਂ ਕਮਾਈਆਂ ਵਾਲੇ ਉਹਨਾਂ ਨੂੰ ਸੰਤ ਕਹਿ ਲਓ, ਗੁਰਮੁਖ ਕਹਿ ਲਓ, ਨਾਮ ਰਸੀਏ ਕਹਿ ਲਓ, ਨਾਮ ਦੇ ਨਾਲ ਮਿਲੇ ਹੋਇਆਂ ਦੀ ਉਸਤਤ ਕਰਦੇ ਸੀ ਬਾਬਾ ਜੀ ਰਾੜਾ ਸਾਹਿਬ ਵਾਲੇ, ਕਿ ਜਿਨ੍ਹਾਂ ਦਾ ਜੀਵਨ ਇਹ ਦੁਨੀਆਂ 'ਤੇ ਰਹਿੰਦਿਆਂ ਜਾਂ ਭਾਵੇਂ ਦੁਨੀਆਂ ਵਿੱਚ ਨਾ ਵੀ ਰਹਿੰਦੇ ਨੇ, ਉਹ ਫਿਰ ਵੀ ਪਰਉਪਕਾਰ ਹੀ ਕਰਦੇ ਹਨ। ਅੱਜ ਕਿੱਡਾ ਨਗਰ ਭੁੱਬ ਵੱਸਦਾ ਜੱਸੋਵਾਲ ਨਗਰ ਹੈ। ਅੱਜ ਕਿਸੇ ਦੇ ਹਿਰਦੇ ਦੀ ਆਵਾਜ਼, ਅੱਜ ਕਿਸੇ ਦੇ ਹਿਰਦੇ ਦੀ ਪੁਕਾਰ ਇਹ ਬਣੀ ਕਿ ਆਪਾਂ ਸਮਾਗਮ ਕਰੀਏ। ਸਮਾਗਮ ਦੇ ਵਿੱਚ ਬੇਅੰਤ ਸੰਗਤਾਂ ਦਾ ਭਲਾ ਹੁੰਦਾ, ਕੋਈ ਅੰਮ੍ਰਿਤਧਾਰੀ ਬਣਦਾ, ਕੋਈ ਤਨ ਤੋਂ ਭੁੱਖਾ ਪ੍ਰਸਾਦੇ ਸਕ ਜਾਂਦਾ, ਚੱਲ ਦੀਵਾਨ ਦਾ ਅਧਿਕਾਰੀ ਨਹੀਂ ਹੁੰਦਾ, ਕੀਰਤਨ ਦਾ ਨਹੀਂ ਉਹਨੂੰ ਆਨੰਦ ਹੁੰਦਾ, ਚੱਲ ਲੰਗਰ ਦੇ ਵਿੱਚ ਹੀ ਉਹ ਖੁਸ਼ ਹੋ ਕੇ ਮੁੜ ਜਾਂਦਾ, ਕਿਉਂਕਿ ਗੁਰੂ ਘਰ ਦੇ ਵਿੱਚੋਂ ਤਨ ਦੀ ਖੁਰਾਕ ਵੀ ਮਿਲਦੀ ਹੈ, ਮਨ ਦੀ ਖੁਰਾਕ ਵੀ ਮਿਲਦੀ ਹੈ। ਮਨ ਦੀ ਖੁਰਾਕ ਹੈ ਬਾਣੀ, ਤਨ ਦੀ ਖੁਰਾਕ ਹੈ ਸਾਧਸੰਗ ਦਾ ਜਲ ਪ੍ਰਸ਼ਾਦਾ, ਜਿਹੜਾ ਲੰਗਰ ਟੁੱਟ ਵਰਤਦਾ ਹੈ। ਇੱਥੇ ਜਿਹੜਾ ਆਉਂਦਾ ਉਹ ਸੱਕ ਕੇ ਜਾਂਦਾ, ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਜਿੱਥੇ ਰੋਕਿਆ ਜਾਂਦਾ ਹੈ ਉੱਥੇ ਸਾਧ ਸੰਗਤ ਦਰਿਆਤ ਹੋ ਜਾਂਦੀ ਹੈ। ਉਹਨੂੰ ਗੁਰੂ ਕਾ ਲੰਗਰ ਨਾ ਕਿਹਾ ਕਰੋ। ਗੁਰੂ ਕਾ ਲੰਗਰ ਉਹ ਹੁੰਦਾ ਜਿੱਥੇ ਦੁਸ਼ਮਣ ਵੀ ਸੱਕ ਗਿਆ, ਮਿੱਤਰ ਵੀ ਸੱਕ ਗਿਆ, ਕਮਲਾ ਵੀ ਸੱਕ ਗਿਆ, ਬੌਲਾ ਵੀ ਸੱਕ ਗਿਆ। ਹਰ ਬੰਦੇ ਦੀ ਭੁੱਖ ਪੂਰੀ ਹੋਣੀ ਚਾਹੀਦੀ ਹੈ, ਗੁਰੂ ਘਰ ਦੇ ਵਿੱਚੋਂ ਤ੍ਰਿਪਤ ਹੋ ਕੇ ਜਾਣਾ ਚਾਹੀਦਾ। ਇਹ ਮਰਯਾਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੀ ਮਰਯਾਦਾ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ ਲੰਗਰ ਦੀ ਪ੍ਰਥਾ ਚਲਾਈ, ਲੰਗਰ ਦੀ ਪ੍ਰਥਾ ਨੂੰ ਮੁੱਖ ਰੱਖਿਆ। ਪਹਿਲੇ ਪੰਗਤ ਪਾਸੇ ਸੰਗਤ, ਬਾਦਸ਼ਾਹ ਅਕਬਰ ਵੀ ਆਇਆ, ਅਕਬਰ ਵਰਗਿਆਂ ਨੇ ਸਾਧ ਸੰਗਤ ਦਰਸ਼ਨ ਕੀਤੇ। ਰਾਣੀਆਂ ਮਹਾਰਾਣੀਆਂ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਹੁਕਮ ਕੀਤਾ ਕਿ ਹੇ ਰਾਜਨ, ਜੇ ਗੁਰੂ ਦੇ ਦੀਦਾਰ ਕਰਨੇ ਨੇ, ਸਤਿਗੁਰੂ ਦੇ ਦੀਦਾਰ ਕਰਨੇ ਨੇ, ਇੱਦਾਂ ਕਰ ਕਿ ਸਫੈਦ ਕੱਪੜੇ ਪਹਿਨ ਕੇ ਆਉਣ। ਘੁੰਡ ਕੱਢਣ ਦੀ ਪ੍ਰਥਾ ਸੀ ਉਦੋਂ, ਬੀਬੀਆਂ ਮੁੱਖ ਢੱਕ ਕੇ ਵੱਡਿਆਂ ਤੋਂ ਉਹਲਾ ਕਰਕੇ ਆਉਂਦੀਆਂ, ਪਰ ਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਇਹ ਘੁੰਡ ਚੱਕਣ ਦੀ ਵੀ ਜਾਂ ਘੁੰਡ ਪਰਾਂ ਕਰਨ ਦੀ ਪ੍ਰਥਾ ਵੀ ਚਲਾਈ। ਉਹ ਕਹਿੰਦੇ ਸੀ ਭਾਈ, ਆਪਾਂ ਜਿਹੜੇ ਸਤਸੰਗਤ ਦੇ ਵਿੱਚ ਆਉਂਦੇ ਹਾਂ, ਸਤਸੰਗਤ ਦੇ ਵਿੱਚ ਆ ਕੇ ਕੀਰਤਨ ਸੁਣਦੇ ਹਾਂ ਜਾਂ ਗੁਰੂ ਮਹਾਰਾਜ ਜੀ ਦੀ ਬਾਣੀ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਉਹ ਸਾਰੇ ਹੀ ਆਪਾਂ ਭੈਣ ਭਾਈ ਹੀ ਹਾਂ। ਇੱਥੋਂ ਪੜ੍ਹਦਾ ਕਿਹਤੋਂ ਕਰਦੇ ਹਾਂ? ਮਹਾਰਾਜ ਤਾਂ ਇਹ ਕਹਿ ਰਹੇ ਨੇ, ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੇ। ਗੁਰੂ ਘਰ ਦੀ ਪ੍ਰਥਾ ਦੇ ਵਿੱਚ ਇਹ ਹੈ ਕਿ ਭਾਈ ਸਫੈਦ ਕੱਪੜੇ ਪਹਿਨ ਕੇ ਆਓ, ਸਿਰ ਢੱਕ ਕੇ ਆਓ, ਮੁੱਖ 'ਤੇ ਪਰਦਾ ਕਰਕੇ ਨਾ ਆਓ। ਦੂਸਰੀ ਮਰਯਾਦਾ ਗੁਰੂ ਕੇ ਲੰਗਰ ਦੀ ਚਲਾਈ ਮਹਾਰਾਜ ਨੇ, ਕਿ ਭਾਈ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਜਾਵੇ, ਲੰਗਰ ਛਕਿਆ ਜਾਵੇ, ਫਿਰ ਸੰਗਤ ਕਰੇ, ਫਿਰ ਸਾਡੇ ਦੀਦਾਰ ਨੇ। ਅਕਬਰ ਰਾਜਾ ਬਾਦਸ਼ਾਹ ਅਕਬਰ ਆਇਆ, ਉਹਨੂੰ ਸਿੰਘਾਂ ਨੇ ਰੋਕ ਕੇ ਕਿਹਾ ਕਿ ਰਾਜਾ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕ, ਅਤੇ ਸਾਧ ਸੰਗਤ ਲੰਗਰ ਛਕਣ ਤੋਂ ਉਹਦਾ ਝਿਜਕ ਗਿਆ ਮਨ,
ਥੋੜ੍ਹਾ ਜਿਹਾ ਅਪਰਾਮ ਹੋ ਗਿਆ। ਸੋਚਦਾ ਮੈਂ ਮਹਾਰਾਜਾ ਹਾਂ, ਮੈਨੂੰ ਲੋਕ ਬਹੁਤ ਹੀ ਪਿਆਰ ਦੇ ਨਾਲ ਸਤਿਕਾਰ ਕਰਦੇ ਹਨ, ਸਾਧ ਸੰਗਤ ਮੈਨੂੰ ਲੋਕ ਰਾਜਾ ਕਹਿ ਕੇ ਬੁਲਾਉਂਦੇ ਨੇ, ਰਾਜਾ ਰਾਜਾ ਮਹਾਰਾਜਾ ਕਹਿ ਕੇ ਬੁਲਾਉਂਦੇ ਨੇ। ਕਹਿਣ ਦਾ ਭਾਵ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸਰਨਾਂ ਵਿੱਚ ਚੱਲ ਕੇ ਆ ਤਾਂ ਗਿਆ, ਅਤੇ ਸਾਧ ਸੰਗਤ ਚੱਲ ਕੇ ਜਦੋਂ ਆਇਆ ਅਤੇ ਮਨ ਵਿੱਚ ਲੋਕ ਲੱਜ ਕਹਿ ਲਓ, ਵੇਦ ਲੱਜ ਕਹਿ ਲਓ, ਕੁੱਲ ਲੱਜ, ਤਿੰਨ ਲੱਜਾਂ ਨੇ ਜਿਹੜੀਆਂ ਸਾਨੂੰ ਡਿੱਕਾ ਬਣਦੀਆਂ ਨੇ ਜਿਹੜੀਆਂ, ਕਿ ਮੈਂ ਜਦ ਸੰਗਤ ਵਿੱਚ ਆਊਂਗਾ ਲੋਕ ਮੈਨੂੰ ਕੀ ਕਹਿਣਗੇ ਵੀ ਇਹ ਫਲਾਣਾ ਤੁਰਿਆ ਫਿਰਦਾ ਹੈ। ਫਿਰ ਸਾਧ ਸੰਗਤ ਵੇਦ ਲਾਜ, ਵੇਦਾਂ ਦੇ ਪੜ੍ਹਨ ਵਾਲੇ ਵਿਦਵਾਨ ਵੀ ਕਈ ਵਾਰ ਕਿੰਤੂ ਕਰ ਜਾਂਦੇ ਨੇ, ਵਾਹ ਤੂੰ ਅਨਪੜ੍ਹਾਂ ਦੀ ਸਟੇਜ 'ਤੇ ਕਿਉਂ ਬਹਿ ਗਿਆ ਜਾ ਕੇ, ਇਹ ਵੀ ਡਿੱਕਾ ਬਣ ਜਾਂਦੇ ਨੇ। ਕੁੱਲ ਲਾਜ, ਤੇਰੇ ਕੁੱਲ ਦੇ ਵਿੱਚ ਵਸਣ ਵਾਲੇ, ਤੇਰੇ ਮਾਤਾ ਪਿਤਾ, ਤੇਰੇ ਭੈਣ ਭਾਈ ਵੀ ਰੋਕ ਦਿੰਦੇ ਨੇ ਸੰਗਤ ਕਰਨ ਤੋਂ, ਪਰ ਬਾਦਸ਼ਾਹ ਅਕਬਰ ਦੇ ਹਿਰਦੇ 'ਚ ਨਫ਼ਰਤ ਬਣ ਗਈ ਕਿ ਸਿੱਖੋ ਲੰਗਰ ਤਾਂ ਮੈਂ ਛਕ ਲੂੰਗਾ, ਪਰ ਇਹ ਲੰਗਰ ਦੇ ਵਿੱਚ ਤਾਂ ਸਾਰੇ ਹੀ ਛੋਟੇ ਉੱਚੇ ਨੀਚੇ ਜਾਤਾਂ ਵਾਲੇ ਛਕ ਰਹੇ ਨੇ। ਜੇ ਤੁਸੀਂ ਮੈਨੂੰ ਲੰਗਰ ਛਕਾਉਣਾ, ਜੇ ਤੁਸੀਂ ਮੈਨੂੰ ਲੰਗਰ ਛਕਾਉਣਾ ਤਾਂ ਮੇਰੀ ਪੰਗਤ ਵੱਖਰੀ ਲਵਾ ਦਿਓ। ਫਿਰ ਸਾਧ ਸੰਗਤ ਜੀ ਬਾਦਸ਼ਾਹ ਅਕਬਰ ਦੀਆਂ ਗੱਲਾਂ ਸੁਣ ਕੇ ਸਿੱਖ ਗੁਰੂ ਮਹਾਰਾਜ ਕੋਲ ਕਹਿੰਦੇ, ਮਹਾਰਾਜ ਇੱਦਾਂ ਕਹਿੰਦਾ ਹੈ, ਪਰ ਸਤਿਗੁਰੂ ਕਹਿੰਦੇ ਉਹਨੂੰ ਕਹਿ ਦਿਓ ਮੁੜ ਜਾਵੇ, ਸਾਡੇ ਦੀਦਾਰ ਨਹੀਂ ਹਨ। ਜਿਹੜੇ ਜਾਤੀ ਵਰਗ ਬਾਰੇ ਸੋਚਦੇ ਨੇ ਜਾਂ ਉੱਚਾ ਜਾਂ ਨੀਚਾ ਸੋਚਦੇ ਨੇ, ਉਹਨਾਂ ਨੂੰ ਸਾਡੇ ਦੀਦਾਰ ਨਹੀਂ ਹਨ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਤਾਂ ਭਗਤ ਰਾਮਦੇਵ ਜੀ ਮਹਾਂਪੁਰਖ ਰੱਬ ਦੇ ਪਿਆਰੇ ਕਹਿ ਰਹੇ ਨੇ, ਕਹਾਂ ਕਰੂੰ ਜਾਤੀ ਕਹਾਂ ਕਰੂੰ ਪਾਤੀ, ਹਰ ਕਾ ਨਾਮ ਜਪੂ ਦਿਨ ਰਾਤੀ। ਇੱਥੇ ਤੇਰੀਆਂ ਜਾਤਾਂ ਅਤੇ ਪਾਤਾਂ ਨੇ ਕੰਮ ਨਹੀਂ ਕਰਨਾ, ਮਹਾਂਪੁਰਖ ਪੜ੍ਹਦੇ ਹੁੰਦੇ ਨੇ। ਚੰਗੇ ਆ ਮਿਲ ਗਵਾ ਲੈ ਮਨਾ ਮਾਲੇ ਮਨਾ ਮੇਰਿਆ
ਦਰਗਾਹ 'ਚ ਕੰਮ ਆਉਣਗੇ। ਵਾਹ ਵਾਹ ਸਾਰੀਆਂ ਭੈਣਾਂ ਬੋਲੋ ਗੱਜ ਕੇ ਭਾਈ ਕਾਮੇ ਆਉਣਗੇ ਅਮਲ ਕਮਲ ਮਨਾ ਵੇਰਿਆ ਦਰਗਾਹ ਚ ਕਾਮੇ ਆਉਣਗੇ ਅਮਲ ਕਮਲ ਮਨਾ ਵੇਰਿਆ ਦਰਗਾਹ ਚ ਕਾਮੇ ਆਉਣਗੇ ਚੰਗੇ ਅਮਲ ਕਮਾਲ ਮਨਾ ਮੇਰਿਆ ਦਰਗਾਹ ਚ ਕਾਮੇ ਆਉਣਗੇ ਦਰਗਾਹ ਚ ਕਾਮੇ ਆਉਣਗੇ। ਧੰਨ ਗੁਰੂ ਨਾਨਕ ਮਹਾਰਾਜ ਵੀ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਆਪਣਾ ਸਟਾਪ ਰੱਖਿਆ ਕਰੋ ਭਾਈ ਕਿਉਂਕਿ ਬੀਬੀਆਂ ਗਾਹਾਂ ਲੰਘੀਆਂ ਸਟੇਸ਼ਨ ਤੋਂ ਬੋਲੋ ਸਤਨਾਮ ਵਾਹਿਗੁਰੂ। ਕੌਣ ਬੀਬੀਆਂ ਵੀ ਕਰਨ ਸਾਡੇ ਵਾਲੇ ਭਾਈਆਂ ਨੇ ਕੰਮ ਸਾਂਭ ਲਿਆ ਨਾ ਮੈਕ ਵਾਲਿਆਂ ਨੇ ਆਓ ਬੇਨਤੀ ਹੈ ਭਾਈ ਕਿਉਂਕਿ ਆਪਾਂ ਤਾਂ ਖੁੱਲ੍ਹੇ ਹੀ ਬੋਲਿਆ ਕਰੋ ਮਾਸਟਰਵਾਣੇ ਵਾਲੇ ਤਾਂ ਆਪਣਾ ਨਹੀਂ ਲੋਟ ਆਉਂਦਾ ਮਹਿਕਾਂ ਜਾਂ 'ਚ ਕੰਮ ਕਿਉਂਕਿ ਸਤਿਗੁਰੂ ਦੀ ਕਿਰਪਾ ਹੈ ਉਈ ਗਲੇ ਖੁੱਲ੍ਹੇ ਨੇ ਮਹਾਰਾਜ ਦੀ ਕਿਰਪਾ ਨਾਲ ਆਓ ਧਿਆਨ ਦਿਓ ਸਾਰੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਗੱਲ ਚੱਲਦੀ ਸੀ ਅਤੇ ਇਸ ਵਾਸਤੇ ਭਾਈ ਗੁਰਦਾਸ ਜੀ ਲਿਖਦੇ ਨੇ ਬਾਬਾ ਆਖੇ ਹਾਜੀਆਂ ਸੁਭ ਅਮਲਾਂ ਵਾਜੋਂ ਦੋਨੋਂ ਰੋ ਸੁਭ ਅਮਲ ਕੀ ਹਨ ਕਿ ਮਾਤ ਲੋਕ 'ਤੇ ਆ ਕੇ ਸੰਸਾਰ 'ਤੇ ਆ ਕੇ ਅਤੇ ਕੀ ਕਮਾਇਆ ਕੀ ਖੱਟ ਕੇ ਕਿਹੜੀ ਕਿਹੜੀ ਵਸਤੂ ਦੀ ਤਾਂ ਪੋਟਲੀ ਬੰਨ੍ਹ ਕੇ ਜਿਹੜੀ ਤਾਂ ਗਾਹਾਂ ਦਰਗਾਹ ਵਿੱਚ ਲੈ ਕੇ ਜਾਣੀ ਹੈ। ਸਤਿਗੁਰੂ ਕਹਿੰਦੇ ਨੇ ਨਾਨਕ ਆਖਿਆ ਰੇਵਨਾ ਸੁਣੀਏ ਸਿੱਖ ਸਿੱਖੀ ਲੇਖਾ ਰੱਬ ਮੰਗੇਸੀਆ ਤੂੰ ਬੈਠਾ ਕੱਢ ਵੇ ਉਹਨੇ ਤਾਂ ਹਿਸਾਬ ਲਿਖੀ ਜਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੱਤਰ ਤੇ ਗੁਪਤ ਜੋਏ ਹਿਸਾਬ ਕਿਤਾਬ ਤੇਰਾ ਲਿਖੀ ਜਾਂਦੇ ਨੇ ਸ਼ਾਮ ਨੂੰ ਤੂੰ ਸੌ ਗਿਆ ਤੇਰੇ ਫੁਰਨੇ ਚੱਲਦੇ ਨੇ ਸੂਖਮ ਸਰੀਰ ਹੈ ਜਿਹੜਾ ਠੀਕ ਹੈ ਤੇਰਾ ਮਿੱਟੀ ਦਾ ਪੁਤਲਾ ਪੰਜ ਭੂਤਕ ਸਰੀਰ ਸੌ ਗਿਆ ਤੇਰੇ ਨੇਤਰਾਂ 'ਚੋਂ ਨੀਂਦ ਆ ਗਈ ਪਰ ਕਿਤੇ ਮਨ ਤੇਰਾ ਚੌਵੀ ਘੰਟੇ ਨਹੀਂ ਸੌਂਦਾ ਬੋਲੋ ਸਤਨਾ ਸ੍ਰੀ ਵਾਹਿਗੁਰੂ। ਇੱਕ ਸੁਪਨਾ ਹੈ ਸੰਸਾਰ ਜਿਹੜੇ ਸੁਪਨੇ ਦੇ ਵਿੱਚ ਤੂੰ ਬੈਠਾ ਕਦੇ ਕਿਸੇ ਦਾ ਬੁਰਾ ਕਰਦੇ ਕਦੇ ਕਿਸੇ ਦਾ ਚੰਗਾ ਕਰਦੇ ਪਰ ਤੇਰੀ ਅੰਦਰਲੀ ਜਿਹੜੀ ਸੁਖੋਂ ਵਸਤੂ ਹੈ ਉਹ ਚੱਲੀ ਹੋ ਜਾਂਦੀ ਕਿਸੇ ਪਰਾਏ ਧਨ ਦਾ ਤੂੰ ਸੋਚਣ ਲੱਗ ਜਾਂਦਾ ਕਿਤੇ ਪਰਾਏ ਰੂਪ ਵੱਲ ਤੱਕੀ ਜਾਂਦਾ ਉਹ ਰਾਤ ਨੂੰ ਤੈਨੂੰ ਸਤਾਈ ਜਾਂਦਾ ਸਭ ਕੁਛ ਤੇਰੇ ਸਾਹਮਣੇ ਮਾੜੇ ਕੁਕਰਮਾਂ ਨੇ ਤੈਨੂੰ ਖਿੱਚੀ ਫਿਰੀ ਜਾਣਾ ਧੂਈ ਫਿਰੀ ਜਾਣਾ
ਪਰ ਗੁਰਮੁਖਾ ਤੂੰ ਵਿਚਾਰ ਕਿਉਂ ਨਹੀਂ ਕਰਦਾ? ਸਤਿਗੁਰੂ ਕਹਿੰਦੇ ਕਿਆ ਤੈਂ ਖੱਟਿਆ ਕਿਆ ਗਵਾਇਆ। ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਵਰਗ ਗਾਇਆ। ਚਿਤ੍ਰਗੁਪਤ ਜਬ ਲੇਖਾ ਮੰਗੇ, ਅਬ ਕੌਣ ਪੜਦਾ ਤੇਰਾ ਡਾਕੇ? ਹੱਥ ਤਾਂ ਤੂੰ ਕਹਿਣਾ ਨਾ ਆ ਜਗ ਮਿੱਠਾ, ਅਗਲਾ ਕਿਹਨੇ ਡਿੱਠਾ? ਇਹ ਤਾਂ ਐਵੇਂ ਬਾਬੇ ਚੋਲੇ ਪਾ ਕੇ ਝੂਠ ਬੋਲੀ ਜਾਂਦੇ ਨੇ। ਬੜੇ ਲੋਕ ਕਹਿੰਦੇ ਨੇ ਕਿੱਥੇ ਹੈ ਜੀ ਨਰਕ ਸੁਰਗ, ਪਰ ਗੁਰਮੁਖੋ ਜਿਨ੍ਹਾਂ ਨੇ ਸਵਰਗਾਂ ਦੇ ਨਜ਼ਾਰੇ ਦੇਖੇ ਨੇ ਮੈਂ ਉਹਨਾਂ ਦੀ ਤੁਹਾਨੂੰ ਕਥਾ ਸੁਣਾਉਣ ਲੱਗਿਆ। ਸੰਤ ਬਾਬਾ ਸ਼ਾਮ ਸਿੰਘ ਜੀ ਹੋਏ ਨੇ ਮਹਾਂਪੁਰਖ, ਸੰਤ ਕਿਰਪਾਲ ਸਿੰਘ ਜੀ ਦੇ ਪਿਤਾ। ਸੰਤ ਕਿਰਪਾਲ ਸਿੰਘ ਜੀ ਸੁਣਾ ਵਾਲੇ ਇੱਕ ਬ੍ਰਹਮ ਗਿਆਨੀ, 7.5 ਫੁੱਟ ਸਰੀਰ ਉਹਨਾਂ ਮਹਾਂਪੁਰਖਾਂ ਦਾ, ਅਤੇ ਗੁਰਮੁਖ ਪਿਆਰਿਓ ਆਏ ਮਹਾਂਪੁਰਖਾਂ ਦਾ ਦੋ ਬੰਦਿਆਂ ਦੇ ਵੀ ਥੱਬੇ 'ਚ ਸਰੀਰ ਨਹੀਂ ਸੀ ਆਉਂਦਾ, ਇੰਨਾ ਲੰਮਾ ਆਰਜੂ ਦੀਰਘ ਵਾਲਾ ਸਰੀਰ ਮਹਾਂਪੁਰਖਾਂ ਦਾ। ਇੰਨਾ ਦਰਸ਼ਨ ਕਰਕੇ ਹੀ ਆਨੰਦ ਹੋ ਜਾਂਦਾ। ਸੰਤ ਕਿਰਪਾਲ ਸਿੰਘ ਜੀ ਜਿਹੜੇ ਸੰਨਾ ਵਾਲੇ ਮਹਾਂਪੁਰਖਾਂ ਦੇ ਪਿਤਾ ਸੀ ਨਾ, ਬਾਬਾ ਸ਼ਾਮ ਸਿੰਘ ਜੀ, ਰਾਏਕੋਟ ਸੰਨਾ ਵੱਜਦੀਆਂ ਨੇ, ਤੁਸੀਂ ਦਰਸ਼ਨ ਕੀਤੇ ਹੋਣਗੇ ਕਿਤੇ ਰਾਏਕੋਟ ਤੋਂ। ਆਪਾਂ ਆਉਂਦੇ ਹਾਂ ਮਲੇਰਕੋਟਲੇ ਵਾਲੇ ਰੋਡ 'ਤੇ, ਇਹ ਰੋਡ 'ਤੇ ਪਿੰਡ ਪੈਂਦਾ। ਇੱਥੇ ਮਹਾਂਪੁਰਖਾਂ ਦਾ ਜਨਮ ਨਗਰ ਹੈ, ਅਵਤਾਰ ਨਗਰ ਹੈ, ਅਤੇ ਬਹੁਤ ਜਗ੍ਹਾ 'ਤੇ ਪਰਤੇ। ਅੱਜ ਪਟਿਆਲੇ ਦੀ ਧਰਤੀ 'ਤੇ ਜਦੋਂ ਆਪਾਂ ਜਾਂਦੇ ਹਾਂ, ਨਾਭੇ ਤੋਂ ਪਟਿਆਲਾ ਰੋਡ 'ਤੇ ਸਾਧ ਸੰਗਤ ਕਲਿਆਣ ਦੇ ਪੁਲ ਆਉਂਦੇ ਨੇ, ਕਲਿਆਣ ਦੇ ਪੁਲਾਂ 'ਤੇ ਡੇਰਾ ਮਹਾਂਪੁਰਖਾਂ ਦਾ, ਜਿੱਥੇ ਬੜੀਆਂ ਬੰਦਗੀਆਂ ਕੀਤੀਆਂ, ਬੜਾ ਸਾਧ ਸੰਗਤ ਨੂੰ ਉਤਾਰਿਆ ਮਹਾਂਪੁਰਖਾਂ ਨੇ। ਅਤੇ ਬਾਬਾ ਸ਼ਾਮ ਸਿੰਘ ਜੀ ਫੌਜ ਦੀ ਆਰਮੀ ਦੀ ਡਿਊਟੀ ਕਰਦੇ ਹੁੰਦੇ। ਬਾਬਾ ਸ਼ਾਮ ਸਿੰਘ ਜੀ ਕਿਤੇ ਆਰਮੀ ਦੀ ਡਿਊਟੀ ਦੇ ਵਿੱਚੋਂ ਛੁੱਟੀ ਮਿਲੀ, ਗੌਰਮੈਂਟ ਨੇ ਕਿਹਾ ਕਿ ਸ਼ਾਮ ਸਿੰਘ ਤੈਨੂੰ ਇੰਨੇ ਦਿਨਾਂ ਦੀ ਛੁੱਟੀ ਹੈ, ਜਾ ਘਰ ਜਾਇਆ। ਬਾਬਾ ਸ਼ਾਮ ਸਿੰਘ ਜੀ ਘਰ ਆਈ ਅਤੇ ਸਾਧ ਸੰਗਤ ਘਰ ਆਉਣ ਸਾਰ ਹਜੇ ਜਲ ਪਾਣੀ ਛਕਿਆ, ਥੋੜ੍ਹਾ ਚਿਰ ਬੈਠੇ ਨੇ ਅਤੇ ਐਸਾ ਬਹਾਣਾ ਵਰਤਿਆ, ਸਤਿਗੁਰੂ ਦੀ ਖੇਡ ਹੁਕਮ ਵਰਤਿਆ ਕਿ ਬਾਬਾ ਸ਼ਾਮ ਸਿੰਘ ਜੀ ਦੀ ਮੌਤ ਹੋ ਗਈ ਬੈਠੇ ਬੈਠਿਆਂ ਨੇ। ਪਤਾ ਨਹੀਂ ਪਰਮੇਸ਼ਰ ਨੂੰ ਕੀ ਪਾਇਆ, ਕੀ ਹੁਕਮ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦਾ ਹੁਕਮ ਅਟਲ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਪਤਾ ਨਹੀਂ ਗੁਰੂ ਮਹਾਰਾਜ ਕਿਹੜੀ ਵਸਤੂ 'ਤੇ ਰਾਜੀ ਹੈ, ਕਿਹੜੀ ਰਜਾ ਦੇ ਵਿੱਚ ਰਹਿੰਦਾ ਭਗਵਾਨ ਪਰਮੇਸ਼ਰ। ਆਓ ਬਾਬਾ ਸ਼ਾਮ ਸਿੰਘ ਜੀ ਦੇ ਜਿਹੜੇ ਪੜੋਸੀ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਏ, ਮਹਾਰਾਜ ਇਹ ਅਕਾਲ ਪੁਰਖ ਇਹ ਕੀ ਕੌਤਕ ਵਰਤ ਗਿਆ, ਆਇਆ ਤਾਂ ਬੜੇ ਚਾਅ ਨਾਲ ਸੀ, ਸਾਡਾ ਜਵਾਨ, ਸਾਡਾ ਲੜਕਾ, ਸਾਡਾ ਸਪੁੱਤਰ ਬੜੇ ਚਾਅ ਨਾਲ ਛੁੱਟੀ ਕੱਢਣ ਆਇਆ ਸੀ, ਇਹਦਾ ਖੇੜੇ ਹੋਰ ਵਰਤ ਗਈ, ਇਹਦਾ ਭਾਣਾ ਹੀ ਹੋਰ ਵਰਤ ਗਿਆ। ਚਲੋ ਪੜੋਸੀਆਂ ਨੇ ਸੋਗ ਦੀ ਲਹਿਰ ਦੇ ਵਿੱਚ ਵੀ ਥੋੜ੍ਹਾ ਸਮਾਂ ਲੰਘਾਇਆ, ਰੋਣਾ ਬਰਲਾਪ ਕਰਨਾ ਰੁਦਨ ਕਰਨਾ ਸਾਡੇ ਲੋਕਾਂ ਦਾ ਸੁਭਾਅ ਹੁੰਦਾ, ਰੋਏ ਬਿਰਲਾਓ ਬਿਰਲਾਏ ਅਤੇ ਗਾਣਾ ਚੀਕਾਂ ਮਾਰੀਆਂ ਬੜੇ ਰੋਏ, ਪਰ ਅਖੀਰ ਨੂੰ ਸੰਸਕਾਰ ਦਾ ਸਮਾਂ ਆ ਗਿਆ, ਇਸ਼ਨਾਨ ਪਾਣੀ ਕਰਵਾਇਆ ਅਤੇ ਇਸ਼ਨਾਨ ਪਾਣੀ ਕਰਵਾ ਕੇ ਸਰੀਰ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਬਾਬਾ ਸ਼ਾਮ ਸਿੰਘ ਜੀ ਨੂੰ ਚੰਡਾ ਲਾ ਦਿੱਤਾ, ਆਪਾਂ ਲਾਂਬੂ ਕਹਿ ਦਿੰਦੇ ਹਾਂ, ਜਾਂ ਤੀਲੀ ਘਸਾ ਦਿਓ, ਚੰਡਾ ਲਾ ਦਿਓ,
ਜਾਂ ਸਾਧਸੰਗ ਸਿੱਧੀ ਅਗਲਾ ਦਿਓ ਵੀ ਕਹਿ ਦਿੰਦੇ ਹਾਂ ਕੁਛ ਕਹਿ ਲਓ, ਉਹਨੇ ਕਿਹੜਾ ਬੋਲਣਾ ਉੱਠ ਕੇ ਵੀ ਤੁਸੀਂ ਸ਼ੁੱਧ ਬੋਲੋ ਉਹਨਾਂ, ਭਾਵੇਂ ਤੁਸੀਂ ਰੂੜੀਆਂ ਵੇਚੀ ਘੜੀਸਰੋ ਤਾਂ ਵੀ ਨਹੀਂ ਕਹਿਣਾ ਵੀ ਕਿਉਂ ਘੜੀਸਦੇ ਹੋ, ਕਿਉਂ ਉਹਦੇ ਤਾਂ ਹੁਣ ਜਿਹੜਾ ਵਿੱਚ ਸੀ ਉਹ ਨਿਕਲ ਗਿਆ। ਗਵੀਰ ਸਾਹਿਬ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਤਾਂ ਉਸ 'ਤੇ ਕਿਆ ਫਲ ਪਾਵੇ, ਚੰਗਾ ਸੈਂਟ ਛਿੜਕੋ। ਸਾਡੇ ਬਾਬਿਆਂ ਦੇ ਜਦ ਸੱਚਖੰਡ ਜਾਂਦੇ ਨੇ ਬਹੁਤ ਸੈਂਟ ਛਿੜਕਦੇ ਨੇ, ਚੰਗੇ ਤੋਂ ਚੰਗਾ ਮੈਂ ਕਹਿਣਾ ਨਾ ਬਾਬਿਓ ਕਾਹਨੂੰ ਦੇਹਾਂ ਨਾਲ ਜੁੜਿਓ, ਗੁਰੂ ਸਾਹਿਬ ਨਾਲ ਜੁੜ ਜਾਓ, ਜਿਹਨੇ ਸਦੀਵੀ ਤੁਹਾਡਾ ਸਾਥ ਦੇਣਾ ਧੁਰ ਤੱਕ ਧੁਰ ਕੀ ਬਾਣੀ ਆਈ ਤਿੰਨ ਸਤਲੀ ਚਿੰਤ ਬਟਾਈ, ਕਿਧਰੇ ਚੌਰ ਚੱਕੀ ਫਿਰੀ ਜਾਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਸੁਭਾਵਾਨ ਹੋਣ ਵਾਲੀਆਂ ਵਸਤੂਆਂ ਵੀ ਗੁਰੂ ਸਾਹਿਬ ਦਾ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਨਹੀਂ ਝੁਲ ਸਕਦਾ। ਅਸੀਂ ਅੱਜ ਬੰਦਿਆਂ ਦੇ ਪਿੱਛੇ ਵੀ ਨਹੀਂ ਫਿਰਦੇ ਹਾਂ, ਚਲੋ ਆਪਾਂ ਖੰਡਨ ਤਾਂ ਨਹੀਂ ਕਰ ਸਕਦੇ ਨਾ ਕਿਸੇ ਮਹਾਂਪੁਰਖ ਨੂੰ ਮਾੜਾ ਕਹੀਏ, ਸਮਝ ਹੈ ਆਪੋ ਆਪਣੀ। ਚਲੋ ਜਿਵੇਂ ਕੋਈ ਸਤਪੁਰਖ ਹੁੰਦਾ ਹੈ, ਮਹਾਂਪੁਰਖ ਵੀ ਇੱਕ ਦਾਤੇ ਹੀ ਹੁੰਦੇ ਨੇ, ਮਹਾਂਪੁਰਖ ਵੀ ਆ ਸਾਨੂੰ ਜੋੜਨ ਵਾਸਤੇ। ਜੇ ਜੱਸੋਵਾਲ ਵਿੱਚ ਸਮਾਗਮ ਹੋਇਆ, ਕਹਿੰਦੇ 30 ਸਾਲ ਹੋ ਗਏ ਸੀ ਪਹਿਲਾਂ ਹੀ ਕਿਤੇ ਮਹਾਂਪੁਰਖਾਂ ਦੇ ਦੀਵਾਨ ਸਜੇ ਸਨ, ਆਹ ਪਿੰਡ ਵਿੱਚ ਪ੍ਰਗਟ ਹੋਈ ਹੈ ਰੂਹ ਕੋਈ ਮਹਾਂਪੁਰਖਾਂ ਦੀ ਕਿਰਪਾ, ਅੰਸ਼ ਰਾੜਾ ਸਾਹਿਬ ਵਾਲੇ ਮਹਾਂਪੁਰਖ ਕੋਈ ਕਿਰਪਾ ਕਰਦੇ ਤੁਹਾਡੇ ਨਗਰ ਦੇ ਭਾਗ ਜਾਗੇ ਨੇ। ਕਿਉਂਕਿ ਜਿਹੜਾ ਕੋਈ ਹੰਸ ਬਿਰਤੀ ਵਾਲਾ ਸਾਧੂ ਆਉਂਦਾ ਨਾ ਮਹਾਂਪੁਰਖ, ਰੱਬ ਦਾ ਪਿਆਰਾ ਆਉਂਦਾ ਸਾਧਸੰਗ ਤੋਂ, ਫਿਰ ਮਾਨ ਸਰੋਵਰ ਦੀ ਰਚਨਾ ਕਰੇ ਜਾਂਦਾ, ਫਿਰ ਮੋਤੀ ਚੁਗਣ ਵਾਲੇ ਤੁਸੀਂ ਹੰਸ ਬੈਠੇ ਹੋ, ਇਹ ਹੰਸ ਰੂਪ ਮਹਾਤਮਾ ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਰੱਬ ਨਾਲ ਜੋੜਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਸਤਸੰਗਤ ਜੀ ਆਓ, ਮੈਂ ਮਹਾਂਪੁਰਖਾਂ ਦੀ ਗੱਲ ਕਰਦਾ ਸੀ। ਮਹਾਂਪੁਰਖ ਬਾਬਾ ਸ਼ਾਮ ਸਿੰਘ ਜੀ ਨੂੰ ਚਿਖਾ 'ਤੇ ਰੱਖਿਆ, ਝੰਡਾ ਲਾ ਦਿੱਤਾ, ਐਂ ਖੜ੍ਹੇ ਨੇ ਰਿਸ਼ਤੇਦਾਰ ਸਾਕ ਸੰਬੰਧੀ ਸਭ ਦੇ ਨੇਤਰ ਸਿਜਲ ਨੇ, ਪਾਣੀ ਚੱਲ ਰਿਹਾ, ਰੁਦਨ ਹੋ ਰਿਹਾ। ਧੰਨ ਬਾਬਾ ਸ਼ਾਮ ਸਿੰਘ ਜੀ ਦਾ ਸਰੀਰ ਜਦੋਂ ਅੱਗ ਪੂਰੀ ਲੱਗਣਾ ਨੂੰ ਪੈ ਗਈ ਨਾ, 10-15 ਮਿੰਟ ਪੂਰਾ ਉਹ ਚਿਖਾ ਕਹਿ ਲਓ ਚਿਖਾ ਪੱਕੀ, ਤਾਂ 15 ਮਿੰਟਾਂ ਬਾਅਦ ਕੀ ਇੱਕ ਹਰਕਤ ਹੋਈ, ਇੱਕ ਤੂਫਾਨ ਜੇ ਵਾਂਗ, ਹਨੇਰੀ ਜੀ ਵਾਂਗ ਲੱਕੜਾਂ ਖਿੰਡਗੀਆਂ। ਲੱਕੜਾਂ ਖਿੰਡਣ ਦੇ ਨਾਲ ਹੀ ਬਾਬਾ ਸ਼ਾਮ ਸਿੰਘ ਜੀ ਐਂ ਬਹਿ ਗਏ ਜਿਵੇਂ ਤਖ਼ਤ ਪੋਸ਼ ਤੇ ਬੈਠੇ ਹੁੰਦੇ ਨੇ। ਬੋਲੋ ਸਤਨਾਮ, ਦੁਬਾਰਾ ਸਰੀਰ ਆ ਗਿਆ ਮੁੜ ਕੇ। ਧੰਨ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ, ਉਹਨਾਂ ਦਾ ਜੀਵਨ ਮੈਂ ਪੜ੍ਹਿਆ, ਸਾਡੇ ਵੱਡੇ ਮਹਾਂਪੁਰਖ ਬੜਾ ਪ੍ਰੇਮ ਨਾਲ ਸੁਣਾਉਂਦੇ ਨੇ ਇਹ ਕਥਾਵਾਂ। ਅਤੇ ਸਾਧ ਸੰਗਤ ਜਦੋਂ ਬਾਬਾ ਸ਼ਾਮ ਸਿੰਘ ਜੀ ਬੈਠੇ ਨਾ, ਲੋਕ ਦੇ ਜਿਹੜੇ ਰੁਦਨ ਕਰਦੇ ਸੀ, ਸਾਡਾ ਪੁੱਤਰ ਹੈ, ਸਾਡਾ ਭਤੀਜਾ, ਸਾਡਾ ਭਾਣਜਾ, ਉਹ ਸਾਰੇ ਦੇਖ ਕੇ ਭੱਜਲੇ, ਕਹਿੰਦੇ ਕੋਈ ਭੂਤ ਪ੍ਰੇਤ ਬਣ ਗਿਆ ਇਹ ਤਾਂ, ਇਹਦਾ ਬਲਾ ਆ ਗਈ ਕੋਈ, ਜਿਹੜਾ ਅੱਗ 'ਤੇ ਬਹਿ ਗਿਆ। ਕਮਾਲ ਦੀ ਗੱਲ ਹੈ, ਇਹੋ ਜਿਹੀ ਸ਼ਕਤੀ ਤਾਂ ਕੋਈ ਦੇਖੀ ਨਹੀਂ, ਐਸੀ ਤਾਂ ਕੋਈ ਤਾਕਤ ਦੇਖੀ ਨਹੀਂ ਹੈ। ਬਾਬਾ ਸ਼ਾਮ ਸਿੰਘ ਕਹਿੰਦੇ ਭਾਈ ਮੈਂ ਸ਼ਾਮ ਸਿੰਘ ਹਾਂ, ਆ ਜਾਓ, ਤੁਸੀਂ ਡਰ ਕੇ ਕਿਉਂ ਪਰਾਂ ਜਾ ਰਹੇ ਹੋ, ਮੇਰੀ ਗੱਲ ਸੁਣੋ। ਫਿਰ ਬਾਬਾ ਸ਼ਾਮ ਸਿੰਘ ਜੀ ਨੇ ਸਾਰਾ ਨਕਸ਼ਾ ਦਰਗਾਹ ਦਾ ਦਿਖਾ ਦਿੱਤਾ ਵੀ ਦਰਗਾਹ ਵਿੱਚ ਕੀ ਵਰਤਦਾ, ਕੀ ਖੇਡਾਂ ਨੇ, ਧਰਮਰਾਜ ਕਿੱਥੇ ਬਹਿੰਦੇ, ਧਰਮਰਾਜ ਦੇ ਚਿੱਤਰ ਗੁਪਤ ਜਾਂ ਜਮਦੂਤ ਕੀ ਕਰਦੇ ਹਨ। ਉਹਨਾਂ ਮਹਾਂਪੁਰਖਾਂ ਦਾ ਜੀਵਨ ਐਸੇ ਹੀ ਹੁੰਦਾ, ਸਤਿਸੰਗਤ ਕਬੀਰ ਮਨ ਨਿਰਮਲ ਪਿਆ
ਜੈਸਾ ਗੰਗਾ ਨੀਰ ਪਾਸੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਉਹ ਮਹਾਂਪੁਰਖ ਕੋਈ ਵੀ ਉਹਦਾ ਜਿਉਂਦੇ ਵੀ ਸੈਰ ਕਰਦੇ ਨੇ, ਦਰਗਾਹ ਵਿੱਚ ਆ ਵੀ ਜਾਂਦੇ ਨੇ, ਮੁੜ ਵੀ ਆਉਂਦੇ ਨੇ। ਗੁਰਮੁਖੋ ਰੋਜ਼ ਆਵਣ ਜਾਣ ਇੱਕ ਖੇਲ ਬਣਾਇਆ। ਜਿਹੜੇ ਗੁਰਮੁਖ ਕਥ ਕਹਾਣੀ ਵਾਲੇ ਨੇ, ਜਿਹਨਾਂ ਦੀ ਕਥ ਕਥਾ ਅਗਾਧ ਬੋਧ, ਮਨ ਸਾਜਾ ਮੁਖ ਸਾਜਾ ਸੋਏ, ਆਵਰ ਨਾ ਪੇਖਿਆ ਇੱਕ ਜਮਨ ਕੋਏ, ਨਾਨਕ ਕੇ ਲਸਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀਆਂ ਦਾ ਜਿਹੜਾ ਜੀਵਨ ਹੈ ਉਹ ਮਹਾਂ ਆਨੰਦ ਵਾਲਾ ਹੁੰਦਾ ਹੈ। ਮੈਂ ਸਮੇਂ 'ਚ ਰਹਿ ਕੇ ਹੀ ਸਾਧ ਸੰਗਤ ਬਹੁਤਾ ਵਿਸਤਾਰ 'ਚ ਨਹੀਂ ਜਾਣਾ। ਮਹਾਂਪੁਰਖਾਂ ਨੇ ਬੋਲਣਾ ਆ ਦਾਸ ਤੋਂ ਬਾਅਦ, ਬੜੀ ਕਿਰਪਾ ਹੈ ਸਤਿਗੁਰਾਂ ਦੀ ਤੁਹਾਡੇ ਨਗਰ 'ਤੇ। ਅਤੇ ਮਹਾਂਪੁਰਖ ਬਾਬਾ ਸਾਹਿਬ ਸਿੰਘ ਜੀ ਵਰਗਿਆਂ ਦਾ ਜੀਵਨ ਮਹਾਂ ਆਨੰਦ, ਜਿਨ੍ਹਾਂ ਲਈ ਕੀ ਕਹਿ ਸਕਦੇ ਹਾਂ, ਸੱਜੇ ਪਾਤਸ਼ਾਹ ਕਿਰਪਾ ਕਰੋ। ਤੇਰਾ ਜਸ ਲਿਖਿਆ ਨਾ ਬਾਬਾ ਜਾਵੇ, ਲੱਗਾ ਬਣਾ ਗਾਗ ਜਾਂਦੇ ਜਸ ਲੱਖਾਂ ਮਨਾ ਕਾਗ ਜਾਤੇ ਪਿਆਰੇ, ਲੱਖਾਂ ਮਨਾ ਕਾਗ ਜਾਤੇ ਪਿਆਰੇ ਜੀ, ਲੱਖਾਂ ਮਨਾ ਕਾਗ ਜਾਤੇ ਮੇਰੇ ਪਿਆਰੇ, ਲੱਖਾਂ ਮਨਾ ਕਾਗ ਜਾਤੇ ਪਿਆਰੇ ਜੀ, ਲੱਖਾਂ ਮਨਾ ਕਾਗ ਜਾਤੇ ਕਾਗਜਾਤ ਕਾਗਜ ਮੁੰਦੇ
ਵਾਹਿਗੁਰੂ ਕੰਮ ਕਰੋ ਮਨ ਰਾਏ ਕਰੋ ਹਰ ਜਸ ਲਿਖਣ ਨਾ ਜਾਏ ਬਸਦਾ ਭਾਵ ਧਰਤੀ ਦਾ ਕਾਗਜ਼ ਵੀ ਬਣਾਇਆ ਜਾਵੇ ਰੱਬ ਦੇ ਪਿਆਰਿਆਂ ਦੀ ਮਹਿਮਾ ਤਾਂ ਫਿਰ ਵੀ ਨਹੀਂ ਲਿਖੀ ਜਾ ਸਕਦੀ। ਮੈਂ ਟੌਪਿਕ ਹੀ ਛੋਟਾ ਜਿਹਾ ਸ਼ੁਰੂ ਕੀਤਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਤਸ਼ਾਹ ਅਕਬਰ ਆਇਆ ਸਿੰਘਾਂ ਨੇ ਬੇਨਤੀ ਕੀਤੀ ਹੈ ਕਿ ਹੇ ਰਾਜਨ ਤੋਂ ਲੰਗਰ ਵਿੱਚ ਬਹਿ ਕੇ ਪੰਗਤ ਵਿੱਚ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕ ਫਿਰ ਤੈਨੂੰ ਦਰਸ਼ਨ ਹੋਣਗੇ। ਉਹ ਕਹਿਣ ਲੱਗਿਆ ਜੀ ਇੱਥੇ ਤਾਂ ਉੱਚੇ ਨੀਚੇ ਬੈਠੇ ਨੇ ਜਾਤ ਕੋਈ ਮਜ਼ਹਬੀ ਕੋਈ ਰਵਿਦਾਸੀਆਂ ਕੋਈ ਕਿਸੇ ਜਾਤ ਨਾਲ ਸੰਬੰਧ ਰੱਖਣ ਵਾਲਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਚੱਕਰਵਰਤੀ ਰਾਜਾ ਜੇ ਮੈਨੂੰ ਲੰਗਰ ਸਿਖਾਉਣਾ ਕੋਈ ਮੇਰੀ ਵੱਖਰੀ ਬੰਗਤ ਲਵਾ ਕੇ ਸਿਖਾਓ। ਪਰ ਧੰਨ ਮਹਾਰਾਜ ਕਹਿੰਦੇ ਚੰਗਾ ਜੇ ਤੂੰ ਬੰਗਤ ਵਿੱਚ ਬਹਿ ਕੇ ਲੰਗਰ ਛਕਣ ਦੀ ਗੁੰਜਾਇਸ਼ ਨਹੀਂ ਰੱਖਦਾ ਰਾਜਨ ਜਾਂ ਸਾਡੇ ਲਈ ਤੂੰ ਕੱਖ ਵੀ ਨਹੀਂ ਹੈ ਸੁਭਾਅ ਵੀ ਨਹੀਂ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਾਂ ਤੇਰਿਆ ਜਾ ਸਾਡੇ ਦਰਸ਼ਨ ਤੇਰੇ ਵਾਸਤੇ ਨਹੀਂ ਹਨ। ਫਿਰ ਸਾਧ ਸੰਗਤ ਮਨ ਵਿੱਚ ਭਾਵਨਾ ਬਣੀ ਤਾਂ ਉੱਪਰੋਂ ਉੱਪਰੋਂ ਜੋ ਚਲੋ ਬਹਿ ਗਿਆ ਜਦ ਪ੍ਰਸ਼ਾਦਾ ਲੰਗਰ ਦਾ ਆਇਆ ਅਤੇ ਇੱਕ ਗੁਰਾਗੀ ਮੁੱਖ ਵਿੱਚ ਪਾਈ ਗੁਰੂ ਕਾ ਲੰਗਰ ਅਤੇ ਐਸਾ ਆਨੰਦ ਬਣਿਆ ਜਿਹੜਾ ਨਫ਼ਰਤ ਕਰਦਾ ਸੀ ਬੰਗਤ ਵਿੱਚੋਂ ਬੈਠਣ ਦੀ ਐਸੇ ਆਨੰਦ ਵਿੱਚ ਚਲਿਆ ਗਿਆ। ਉਹ ਕਹਿਣ ਲੱਗਿਆ ਮੈਂ ਮਹਿਲਾਂ ਵਿੱਚ ਬਹਿ ਕੇ ਸੱਤੀ ਸੱਤੀ ਪ੍ਰਕਾਰ ਦੇ ਭੋਜਨ ਛਕੇ ਨੇ ਪਰ ਉਹ ਭੋਜਨਾਂ ਦਾ ਉਹ ਆਨੰਦ ਨਹੀਂ ਬਣਿਆ ਜਿਹੜਾ ਅੱਜ ਆਹ ਪੰਗਤ ਵਿੱਚ ਬਹਿ ਕੇ ਆਨੰਦ ਬਣਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਐਸੀਆਂ ਅੰਮ੍ਰਿਤ ਦੀਆਂ ਘੁੱਟਾਂ ਮੈਂ ਇਹ ਅੰਮ੍ਰਿਤ ਵਿੱਚੋਂ ਭਰ ਲਈਆਂ ਗੁਰੂ ਕੇ ਲੰਗਰ ਵਿੱਚੋਂ ਮੈਂ ਆਨੰਦ ਹੋ ਗਿਆ। ਇਹ ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਕਿ ਤੇਰੇ ਲੰਗਰ ਵਿੱਚ ਇੰਨੀ ਤਾਕਤ ਗੁਰੂ ਕੇ ਲੰਗਰਾਂ ਦਾ ਅੰਮ੍ਰਿਤ ਕਿਹੋ ਜਿਹਾ ਹੁੰਦਾ ਹੈ। ਸੰਤ ਮਹਾਰਾਜ ਮਸਟਵਾਣਾ ਸਾਹਿਬ ਵਾਲੇ ਗੁਰਸਾਗਰ ਸਾਹਿਬ ਮਸਟਵਾਣਾ ਸਾਹਿਬ ਦੀ ਉਸਾਰੀ ਕਰ ਰਹੇ ਨੇ ਮਿਸਤਰੀ ਸਿੰਘ ਅਕਾਲ ਕਾਲਜ ਬਣ ਰਿਹਾ। ਸੰਤ ਮਹਾਰਾਜ ਨੇ ਸਭ ਤੋਂ ਮੁੱਖ ਰੱਖਿਆ ਵਿਦਿਆ ਦਾ ਅਦਾਰਾ ਗੁਰਦੁਆਰੇ ਛੋਟੇ ਬਣਾਏ ਬਾਬਾ ਅਤਰ ਸਿੰਘ ਜੀ ਨੇ ਅੱਜ ਵੀ ਦਰਬਾਰ ਸਾਹਿਬ ਉੱਤੇ ਖੜ੍ਹਾ ਹੈ ਜਿਹਦੇ ਵਿੱਚ 100 ਕੁ ਬੰਦੇ ਬਹਿ ਸਕਦਾ। 100 ਵੀ ਮੈਂ ਜ਼ਿਆਦਾ ਕਹਿ ਦਿੱਤਾ ਥੋੜ੍ਹੇ ਬੰਦੇ ਬੈਠ ਸਕਦੇ ਨੇ ਪਰ ਕਾਲਜ ਮਹਾਂਪੁਰਖਾਂ ਨੇ ਕਈ ਪ੍ਰਕਾਰ ਦੇ ਆਪ ਬਣਾਏ ਨੇ ਕਿ ਵਿਦਿਆ ਤੋਂ ਕਿਤੇ ਸੰਸਾਰ ਹੀਣਾ ਨਾ ਰਹਿ ਜਾਵੇ ਕਿਉਂਕਿ ਵਿਦਿਆ ਤੋਂ ਬਿਨਾਂ ਇਨਸਾਨ ਅੰਨਾ ਹੈ। ਅੰਨੇ ਦੀ ਡੋਰੀ ਫੜ ਕੇ ਬਾਂਹ ਫੜ ਕੇ ਲੰਘਾ ਦਿਓਗੇ ਲੰਘ ਜਾਊਗਾ ਨਹੀਂ ਤਾਂ ਵਿਚਾਰਾ ਕੰਧਾਂ 'ਤੇ ਟੱਕਰਾਂ ਮਾਰਦਾ ਫਿਰੀ ਜਾਂਦਾ ਕਿਉਂਕਿ ਉਹਦੇ ਕਰਮਾਂ ਦਾ ਫਲ ਹੈ। ਦਾਦਾ ਦੋਸ਼ ਨਾ ਦੇਹੋ ਕਿਸੇ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਦੇ ਨਾ। ਬੜੇ ਪਿਆਰ ਦੀਆਂ ਬਾਣੀਆਂ ਕਹਾਣੀਆਂ ਮਹਾਂਪੁਰਖਾਂ ਦੀਆਂ ਧੰਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਜਿਹੜੇ ਮਿਸਤਰੀ ਉਹ ਸਾਰੀ ਕਰਨ ਲਾਏ ਸੀ ਨਾ ਉਹ ਕਹਿੰਦੇ ਵੀ ਗੱਲ ਸੁਣੋ ਮਿਸਤਰੀਓ ਮੀਟਿੰਗ ਕਰ ਲਈ ਉਹਨਾਂ ਨੇ ਕਿ ਆਪਾਂ ਤਾਂ ਬਾਬਾ ਜੀ ਨੂੰ ਜਵਾਬ ਦੇਈਏ ਸੇਵਾ ਤੋਂ
ਕਹਿੰਦੇ ਵੀ ਗੱਲ ਕੀ ਹੋ ਗਈ? ਕਹਿੰਦੇ ਨਾ ਤਾਂ ਦਾਲ ਵਿੱਚ ਘਿਓ ਪਾਉਂਦੇ ਨੇ, ਨਾ ਪ੍ਰਸ਼ਾਦੇ ਚੋਪੜੇ ਦਿੰਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੇ ਅੱਧਾ ਪ੍ਰਸ਼ਾਦਾ ਮੱਚਿਆ ਹੁੰਦਾ ਤੇ ਦਾਲ ਮਹਾਂ ਜੀ ਬਣਾ ਦਿੰਦੇ ਨੇ, ਕਾਲੀ ਦਾਲ ਸਗੀ ਜਾਂਦੇ ਆ। ਕੋਈ ਤਾਕਤਵਰ ਚੀਜ਼ ਤਾਂ ਪਾਉਂਦੇ ਨੀ ਮਹਾਂਪੁਰਖ। ਮਿਸਤਰੀਆਂ ਨੇ ਫੈਸਲਾ ਬਣਾ ਲਿਆ ਕਿ ਰਾਜੇ ਫਰੀਦਕੋਟ ਵਾਲੇ ਦਾ ਕਿਲਾ ਬਣਦਾ, ਆਪਾਂ ਉੱਥੇ ਚੱਲਦੇ ਹਾਂ, ਨਾਲੇ 2.5 ਰੁਪਏ ਦਿਹਾੜੀ ਵੀ ਦੇਊਗਾ, ਨਾਲੇ ਖੁਰਾਕ ਸਕਣ ਨੂੰ ਬਹੁਤ ਵਧੀਆ। ਹੁਣ ਜਾਣੀ ਜਾਣ ਮਹਾਂਪੁਰਖ ਕਹਿੰਦੇ, ਬਾਬਾ ਬਿਸ਼ਨ ਸਿੰਘ ਜੀ ਕਾਂਲੇ ਵਾਲੇ ਮਹਾਂਪੁਰਖਾਂ ਨੂੰ ਕਹਿੰਦੇ, ਬਿਸ਼ਨ ਸਿਆ ਸਾਰੇ ਮਿਸਤਰੀਆਂ ਦਾ ਹਿਸਾਬ ਕਰਕੇ ਉਹਨਾਂ ਦੀ ਛੁੱਟੀ ਕਰ ਦੇ, ਬਸ ਆਪਾਂ ਨਹੀਂ ਇਹਨਾਂ ਜੋਗੀ ਰੱਖਣਾ। ਕਹਿੰਦੇ ਮਹਾਰਾਜ ਗੱਲ ਕੀ ਹੋ ਗਈ? ਮਿਸਤਰੀਆਂ ਤੋਂ ਐਸਾ ਅਪਰਾਧ ਕੀ ਹੋ ਗਿਆ? ਕਹਿੰਦੇ ਇਹ ਨਾ ਪੁੱਛ, ਉਹਨਾਂ ਨੇ ਮੇਰੀ ਨਿੰਦਿਆ ਨਹੀਂ ਕੀਤੀ, ਮੇਰੀ ਨਿੰਦਿਆ ਹੁੰਦੀ ਮੈਂ ਝੱਲ ਲੈਂਦਾ, ਕੋਈ ਗੱਲ ਨਹੀਂ, ਮੈਂ ਤਾਂ ਇੱਕ ਮਿੱਟੀ ਦਾ ਪੁਤਲਾ। ਪਰ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਦੀ ਨਿੰਦਿਆ ਕੀਤੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੇ ਲੰਗਰ ਦੀ ਨਿੰਦਿਆ ਕੀਤੀ ਹੈ ਪੁਰਖਾਂ ਨੇ। ਸੰਤ ਬਿਸ਼ਨ ਸਿੰਘ ਜੀ ਨੇ ਮਿਸਤਰੀਆਂ ਨੂੰ ਸੁਨੇਹਾ ਦਿੱਤਾ, ਉਹ ਰੱਬ ਰੁੱਸ ਗਿਆ ਤੁਹਾਡੇ ਨਾਲੋਂ, ਰੱਬ ਰੁੱਸ ਗਿਆ। ਦੇਖਿਓ ਕਿਤੇ ਪੱਟੇ ਜਾਓ, ਮਾਰੇ ਜਾਓਗੇ ਜੇ ਬਾਬੇ ਆਦਰਸ਼ਾਂ ਦੀ ਨਾਦਰ ਤੁਹਾਡੇ 'ਤੇ ਕਿਤੇ ਪੁੱਠੀ ਹੋ ਗਈ। ਸਾਧੂਆਂ ਦੀ ਨਾਦਰ ਵਿੱਚ ਇੰਨੀ ਤਾਕਤ ਹੁੰਦੀ ਹੈ ਤੇ ਧੰਨ ਸੰਤ ਮਹਾਰਾਜ ਕੋਲ ਸਾਰੇ ਮਿਸਤਰੀ ਚਲੇ ਗਏ ਹਿਸਾਬ ਕਿਤਾਬ ਕਰਦਾ। ਅਤੇ ਇੱਕ ਸੰਤਾ ਸਿੰਘ ਮਿਸਤਰੀ ਬੜੁੱਖਿਆਂ ਨਗਰ ਦਾ, ਉਹਨੂੰ ਸੰਤ ਬਿਸ਼ਨ ਸਿੰਘ ਕਹਿੰਦੇ, ਉਹ ਤੂੰ ਤਾਂ ਚਰਨਾਂ 'ਚ ਡਿੱਗ ਪਈ, ਤੂੰ ਨਾ ਕਿਤੇ ਮਰਜੀ ਸੰਤ ਮਹਾਰਾਜ। ਉਹ ਹੁਣ ਇਹਨਾਂ 'ਤੇ ਬਾਹਲੇ ਕੁੰਡੇ ਹੋਏ ਨੇ ਬਹੁਤੇ। ਅਤੇ ਬਾਬਾ ਸੰਤਾ ਸਿੰਘ ਨੇ ਤਾਂ ਚਰਨ ਫਾਲੇ, ਮਹਾਰਾਜ ਮਾਰੋ ਭਾਵੇਂ ਛੱਡੋ, ਕੋਈ ਬਾਤ ਨਹੀਂ, ਮਾਰੋ ਛੱਡੋ, ਮੈਂ ਤਾਂ ਤੁਹਾਡੇ ਚਰਨਾਂ ਦਾ ਦਾਸ ਹਾਂ, ਮੈਂ ਨਹੀਂ ਕਿਤੇ ਜਾਂਦਾ। ਜਿਹੜੇ ਮਿਸਤਰੀ ਸੀ ਨਾ ਹੋਰ, ਉਹਨਾਂ ਨੂੰ ਬੁਲਾਇਆ ਵੀ ਚੱਕੋ ਭਾਈ ਆਪਣੇ ਪੈਸੇ ਜਾਓ। ਉਹ ਸਾਧ ਸੰਗਤ ਜੀ ਹੌਲੀ ਹੌਲੀ ਮਤ ਨੇ ਕੰਮ ਕੀਤਾ, ਸਾਰਿਆਂ ਨੇ ਮਾਫ਼ੀ ਮੰਗੀ, ਮਹਾਰਾਜ ਸਾਨੂੰ ਮਾਫ਼ ਕਰੋ, ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਨੀ ਤਾਕਤ ਦੇ ਮਾਲਕ ਹੋ। ਫਿਰ ਸੰਤ ਮਹਾਰਾਜ ਬਾਬਾ ਆਤਰ ਸਿੰਘ ਜੀ ਨੇ 2 ਪ੍ਰਸ਼ਾਦੇ ਲੰਗਰ ਵਿੱਚੋਂ ਮੰਗਾਏ, ਲੰਗਰ ਵਿੱਚੋਂ ਮੰਗਾ ਕੇ ਅਤੇ ਸਾਧ ਸੰਗਤਾਂ 2 ਹੱਥਾਂ ਵਿੱਚ ਫੜ ਕੇ ਆਏ ਘਿਓ ਦੀਆਂ ਧਾਰਾਂ ਚੋਂਦੀਆਂ ਦਿਖਾ ਦਿੱਤੀਆਂ। ਕਹਿੰਦੇ ਤੁਸੀਂ ਤਾਂ ਐਵੇਂ ਨਰਸਦਕ ਬਣ ਕੇ ਭੋਲੇ ਹੋ, ਇੱਥੇ ਤਾਂ ਸੰਤ ਮਹਾਰਾਜ ਬਾਬਾ ਆਦਰ ਸਿੰਘ ਜੀ ਦੇ ਲੰਗਰ 'ਚ ਕਹੋ ਜਾਂ ਗੁਰੂ ਨਾਨਕ ਮਹਾਰਾਜ ਦੇ ਲੰਗਰ ਦੇ ਵਿੱਚ ਤਾਂ ਸਵਾ ਬਣ ਕੇ ਉਹ ਰੋਜ਼ ਗੁਪਤ ਪੈਂਦਾ, ਗੁਪਤ ਉਹ ਸਾਹਮਣੇ ਨਹੀਂ ਆਉਂਦਾ। ਇਹ ਲੰਗਰ ਐਵੇਂ ਨਹੀਂ ਆਨੰਦ ਬਣਦਾ ਕਿਤੇ ਵੀ ਚਲੇ ਜਾਓ, ਤੁਸੀਂ 10,000 ਰੁਪਏ ਦੀ ਵੀ ਥਾਲੀ ਕਿਤੇ ਹੋਟਲ ਤੋਂ ਲੈ ਲਿਓ, ਜਿਹੜਾ ਆਨੰਦ ਲੰਗਰ ਵਿੱਚ ਆਊਗਾ ਉਹ ਕਿਤੋਂ ਨਹੀਂ ਮਿਲਦਾ। ਭਾਵੇਂ 2 ਦਿਨ ਦਾ ਬਿਹਾ ਪ੍ਰਸ਼ਾਦਾ ਵੀ ਤੁਹਾਨੂੰ ਮਿਲ ਜਾਵੇ, ਬਾਸੀ ਮਿਲ ਜਾਵੇ, ਉਹਦਾ ਆਨੰਦ ਵੀ ਵੱਖਰਾ ਹੁੰਦਾ। ਸਾਧ ਸੰਗਤ ਬੜੇ ਪਿਆਰ ਨਾਲ, ਕਿਉਂਕਿ ਅੰਮ੍ਰਿਤ ਆਨੰਦ ਐਸੇ ਹੀ ਹੁੰਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਤਦ ਲੰਗਰ ਅਕਬਰ ਨੇ ਬੁਰਗੀ ਮੁੱਖ ਵਿੱਚ ਤੋੜ ਕੇ ਪਾਈ, ਉਹ ਤਾਂ ਹੀ ਸਮਾਧੀਆਂ ਲੱਗ ਗਈਆਂ। ਉਹ ਮਨਾ ਕਿਹੜੇ ਭੁਲੇਖਿਆਂ ਵਿੱਚ ਤੂੰ ਫਿਰਦਾ ਸੀ ਤੁਰਿਆ, ਆਹ ਦੇਖ ਕੈਸਾ ਆਨੰਦ ਹੈ। ਕੋਈ ਸਮਾਂ ਸੀ ਸਾਧ ਸੰਗਤ ਮਨਸੂਰ ਨੇ ਇੱਕ ਸੰਤ ਦੇ ਇੱਕ ਫਕੀਰ ਦੇ ਹੱਥੋਂ ਲੈ ਕੇ ਗੁਰਾਂ ਦੀ ਮੁੱਖ ਵਿੱਚ ਪਾਈ ਸੀ ਨਾ, ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ, ਧਰਤੀ ਤੋਂ ਉੱਠ ਕੇ 1.25 ਹੱਥ ਚੱਲ ਪਿਆ ਸੀ ਮਨਸੂਰ, ਆਪਣੀ ਭੈਣ ਦਾ ਆਸ਼ਕ ਹੋ ਕੇ ਚੱਲ ਪਿਆ ਐਨਲ ਹੱਕ।
ਐਨਲ ਹੱਗ ਤੇ ਇੱਕ ਟੁਕੜੇ ਦੀ ਕਰਾਮਾਤ, ਇੱਕ ਬਰਸਾਦੇ ਦੀ ਗੁਰਾਹੀ ਨੇ ਹੀ ਮਨਸੂਰ ਨੂੰ ਕਮਲਾ ਬਣਾ ਦਿੱਤਾ। ਮੋੜਾਂ ਤੇ ਖੜਾ ਕੇ ਲੋਕਾਂ ਨੇ ਰੋੜੇ ਵੀ ਮਾਰੇ, ਇੱਟਾਂ ਵੀ ਮਾਰੀਆਂ, ਮਾਂਸ ਵੀ ਮਾਰੇ, ਬੜਾ ਕੁਝ ਮਾਰਿਆ, ਪਰ ਵਕੀਲ ਦੀ ਨਾਦਰ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਮਸਤੀ ਜੇ ਦੇਣੀ ਹੋਵੇ ਨਾ ਕਿਸੇ ਨੂੰ, ਮਸਤੀ ਵਖੀਰੀ ਦੇਣੀ ਹੋਵੇ ਇੱਕ ਪਲ ਦਾ ਹੀ ਕੰਮ ਹੈ। ਜੇ ਕੋਈ ਭਾ ਜਾਵੇ ਵਖੀਰ ਨੂੰ ਰੱਬ ਦੇ ਪਿਆਰੇ ਨੂੰ, ਕਿਉਂਕਿ ਬਾਦ ਸਹਾਂ ਦੇ ਹਲਵਿਆਂ ਨਾਲੋਂ ਫਿਰ ਉਹ ਮਨਸੂਰ ਨੇ ਆਪ ਪੁਕਾਰਿਆ ਸੀ, ਗੁਰਮੁਖੋ ਆਪ ਪੁਕਾਰਿਆ ਸੀ, ਕਹਿੰਦਾ ਬੜੇ ਹਲਵੇ ਬਣਾ ਬਣਾ ਖਾਧੇ, ਕੜਾਹ ਬਣਾ ਬਣਾ ਕੇ ਖਾਧੇ, ਪੂਰੀਆਂ ਖਾਧੀਆਂ, ਪਰ ਅੱਜ ਮਨਸੂਰ ਦੇ ਹੱਥੋਂ, ਇੱਕ ਵਕੀਰ ਦੇ ਹੱਥੋਂ ਮਨਸੂਰ ਨੇ ਇੱਕ ਟੁਕੜਾ ਇੱਕ ਗੁਰਾਹੀ ਮੁੱਖ ਵਿੱਚ ਪਾਈ ਤੇ ਆਨੰਦ ਵਿੱਚ ਹੋ ਗਿਆ। ਉਹ ਕਹਿ ਰਿਹਾ ਬਾਦਸ਼ਾਹ ਦੇ ਗਲ ਬਿਆਨ ਨਾਲੋਂ ਟੁਕੜੇ ਭਲੇ ਵਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ, ਬੜੇ ਭਲੇ ਫਕੀਰਾਂ ਦੇ, ਆਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ। ਉਧਰ ਬਾਦਸ਼ਾਹ ਅਕਬਰ ਲੰਗਰ ਵਿੱਚ ਛੱਕ ਕੇ ਮਸਤ ਹੋ ਗਿਆ, ਬੜੇ ਪਿਆਰ ਨਾਲ ਆਓ ਸਮੇਂ ਅਨੁਸਾਰ ਮੈਂ, ਕਿਉਂਕਿ ਬਹੁਤਾ ਸਮਾਂ ਨਹੀਂ ਲਾਉਣਾ, ਸਤਿਗੁਰੂ ਕਿਰਪਾ ਕਰਨ, ਕਿਉਂਕਿ ਪ੍ਰਬੰਧਕਾਂ ਵੱਲੋਂ ਦਾਸ ਨੂੰ ਹੁਕਮ ਕੀਤਾ ਸੀ, ਕਿਉਂਕਿ ਹਾਜ਼ਰੀ ਭਰਨ ਵਾਸਤੇ ਆਇਆ। ਮਹਾਂਪੁਰਖਾਂ ਦਾ ਪ੍ਰੇਮ ਹੈ ਬਾਬਾ ਸਨੋਰ ਸਿੰਘ ਜੀ ਦਾ, ਸਰਦਾ ਦੇ ਨਾਲ ਬੈਠਿਆ ਗੁਰੂ ਸਤਸੰਗ ਜੀ, ਆਨੰਦ ਮਾਣਿਆ ਗੁਰੂ ਮਹਾਂਪੁਰਖਾਂ ਤੋਂ। ਇਹ ਸਮਾਂ ਵਾਰ ਵਾਰ ਨਹੀਂ ਮਿਲਦਾ ਹੁੰਦਾ, ਕਿਉਂਕਿ ਸਤਿਗੁਰੂ ਕਿਰਪਾ ਕਰਨ, ਸਾਧੂ ਸਤਿਗੁਰ ਜੇ ਮਿਲੇ ਹੀਰੇ ਰਤਨ ਲਵਾਨ,
ਹੀਰੇ ਰਤਨਾਂ ਦੀ ਭਾਲ ਹੈ ਗੁਰਮੁਖੋ, ਆਓ ਪਿਆਰ ਦੇ ਨਾਲ, ਸਰਧਾ ਦੇ ਨਾਲ, ਕਿਉਂਕਿ ਜਦ ਸਰੋਪਾ ਆ ਜਾਏ ਨਾ ਉਦੋਂ ਬਰੰਟ ਹੁੰਦੇ ਨੇ ਵੀ ਹੁਣ ਬਸ ਕਰੋ ਜੀ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਦੇ ਨਾਲ ਹੁਣ ਮੈਂ ਇੱਕੋ ਹੀ ਧਾਰਨਾ ਪੜ੍ਹ ਕੇ ਸਮਾਪਤੀ ਕਰਦਿਆਂ, ਬਾਬਾ ਜੀ ਕਿਰਪਾ ਕਰਨਗੇ ਬੜੇ ਪਿਆਰ ਦੇ ਨਾਲ, ਸਰਧਾ ਦੇ ਨਾਲ। ਸੰਗਤ ਦਾ ਬਹੁਤ ਧੰਨਵਾਦ, ਮਨ ਖੁਸ਼ ਹੋਇਆ, ਜੁੜਿਆ ਕਰੋ। ਜਿਹੜੇ ਆਲੇ ਦੁਆਲੇ ਆ ਕਾਲ ਗਿਆਰੀ ਜੀ ਫਿਰਦੀ ਹੈ, ਤੁਸੀਂ ਵੀ ਸੁਧਰੋ ਭਾਈ, ਤੁਸੀਂ ਵੀ ਕਿਰਪਾ ਕਰੋ, ਗੁਰਬਾਣੀ ਸੁਣਿਆ ਕਰੋ, ਬੈਠਣ ਦੀ ਗੁੰਜਾਇਸ਼ ਬਣਾਓ। ਗੁਰਸਿੱਖੀ ਤੇ ਤਰਕਾਂ ਤਾਂ ਬਹੁਤ ਹੋ ਰਹੀਆਂ ਨੇ, ਆ ਨੈੱਟ ਨੁੱਟ ਜੇ ਖੋਲ੍ਹ ਕੇ ਮੁੰਡੇ ਖੁੰਡੇ ਜੇ ਨਵੇਂ ਮੋੜਾਂ ਦੇ ਖੜੇ ਦੇਖਦੇ ਨੇ ਬਾਬੇ ਕੀ ਕਰਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਤੁਸੀਂ ਕੀ ਕਰਦੇ ਹੋ, ਤੁਸੀਂ ਵੀ ਦੇਖ ਲਓ, ਬਾਬੇ ਤਾਂ ਦੇਖ ਲੈ ਵੀ ਕੀ ਕਰਦੇ ਨੇ। ਤੁਸੀਂ ਕੋਈ ਗੁਰਸਿੱਖੀ ਦੀ ਸੰਭਾਲ ਕਰਦੇ ਹੋ, ਕੋਈ ਗੁਰਸਿੱਖੀ ਕੋਈ ਕੇਸ ਰੱਖ ਕੇ ਰਾਜੀ ਨਹੀਂ, ਕੰਨਾਂ 'ਚ ਨਦੀਆਂ ਬਾਲੀਆਂ ਰਾਂਝੇ ਬਣ ਚੱਲੇ, ਅਤੇ ਸਾਧ ਸੰਗਤ ਸਾਧੂ ਜਿਹੜੇ ਕੀਰਤਨ ਕਰਦਾ ਕੋਈ ਕਥਾ ਕਰਦਾ, ਉਹ ਤਾਂ ਇੱਦਾਂ ਐਨ ਕੰਨ ਨਾਲ ਕੰਨ ਨਾਲ ਆ ਗੱਲਾਂ ਕੰਨ ਕੇ ਦੇਖ ਬਾਬਾ ਕੀ ਕਰਦਾ, ਬਸ ਬਾਬਾ ਦੱਸ ਕੀ ਕਰਦਾ, ਬਾਬਾ ਹੁਣ ਕਰੂਗਾ ਕੀ। ਅਤੇ ਸਾਧ ਸੰਗਤ ਮਹਾਂਪੁਰਖ ਪਹਿਲਾਂ ਬੋਲਦੇ ਸੀ ਕਿ ਸਾਡੇ ਖਾਣ ਪਾਣ 'ਤੇ ਵੀ ਟਿੱਕਾ ਟਿੱਪਣੀ, ਬਿੰਤੂ ਪ੍ਰੰਤੂ, ਪਰ ਤਨ ਉਹ ਰਾਜੇ ਜੋ ਕਿ ਸੰਤ ਮਹਾਰਾਜ ਰਾੜਾ ਸਾਹਿਬ ਵਾਲੀ, ਜਿਨ੍ਹਾਂ ਨੇ ਨਹਿਰਾਂ 'ਤੇ ਟਾਹਲੀਆਂ ਵੰਡੀਆਂ ਸੀ, ਟਾਹਲੀਆਂ ਕਿ ਐਂ ਪੁੱਠੀ ਲੜਕ ਲੜਕ ਕੇ ਕੇਸ ਵਰ ਬਣ ਕੇ ਸਾਧ ਸੰਗਤ ਮਹਾਂਪੁਰਖਾਂ ਨੇ ਤਪ ਕੀਤਾ, ਆ ਐਵੇਂ ਨਹੀਂ ਬੂਟੇ ਤਿਆਰ ਹੋਏ ਬਾਬਾ ਹਰਸਿਮਰ ਸਿੰਘ ਵਰਗੇ। ਅੱਜ ਰਾੜਾ ਸਾਹਿਬ ਦੀ ਸਫਲਤਾ ਤੋਂ ਕਿੰਨਾ ਕੁ ਮੈਂ ਤੁਹਾਡੇ ਕੋਲ ਬਿਆਨ ਕਰ ਦੇਵਾਂ। ਬਹੁਤ ਹੀ ਕਿਰਪਾ ਹੋਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਭਾਈ ਓਂਕਾਰ ਸਿੰਘ ਜੀ ਕੇ ਆਰ ਸੀ ਕੰਪਨੀ ਵਾਲੇ ਜੋ ਰਾੜਾ ਸਾਹਿਬ ਤੋਂ ਆਏ ਨੇ, ਉਹਨਾਂ ਦਾ ਪ੍ਰੇਮ ਹੈ, ਕਿਉਂਕਿ ਪਹਿਲਾਂ ਵੀ ਸਾਡੀਆਂ ਦੋ ਤਿੰਨ ਕੈਸਟਾਂ ਇਹਨਾਂ ਨੇ ਮਾਰਕੀਟ ਵਿੱਚ ਕੱਢੀਆਂ ਨੇ, ਲਿਆਂਦੀਆਂ ਨੇ, ਹੁਣ ਵੀ ਅੱਜ ਵੀ ਇਹਨਾਂ ਨੇ ਪ੍ਰੇਮ ਕੀਤਾ। ਜਿੰਨਾ ਕੁ ਤੇਰੇ ਸਮਾਂ ਬਣਿਆ ਉਹਨਾਂ ਕਾਬਾ ਨੇ ਕਿਰਪਾ ਸਾਧ ਸੰਗਤ ਨਾਲ ਸਾਂਝ ਪਾਈਏ। ਸਤਿਗੁਰੂ ਕਿਰਪਾ ਕਰੇ, ਕਿਉਂਕਿ ਸੇਵਕ ਕੇ ਭਰਪੂਰ ਜੁਗੋ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਬਸ ਸਦਕਾ ਹੀ ਵਾਹਿਗੁਰੂ ਦੇ ਸਦਕਾ, ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਇਹੋ ਜਿਹੇ ਕਾਰਜ ਹੁੰਦੇ ਹਨ। ਰਹੋ ਵਿਚਾਰ, ਮਹਾਰਾਜ ਕਿਰਪਾ ਕਰਨ, ਸਾਡੇ 'ਤੇ ਮਿਹਰ ਕਰਨ, ਦਇਆ ਕਰਨ, ਸਾਰੇ ਪਿਆਰ ਦੇ ਨਾਲ ਮਹਾਂਪੁਰਖਾਂ ਨਾਲ ਭਾਈ ਮੋਢੇ ਨਾਲ ਮੋਢਾ ਲਾਓ, ਸਾਥ ਦਿਓ, ਕਿੱਥੇ ਕਿੱਥੇ ਜਾ ਜਾ ਕੇ ਸੰਗਤ ਦਾ ਭਲਾ ਕਰਨਾ। ਮਹਾਂਪੁਰਖ ਹੋਵੇ, ਕੋਈ ਪਹਿਲਵਾਨ ਹੋਵੇ, ਖਿਡਾਰੀ ਹੋਵੇ, ਕੋਈ ਚੰਗਾ ਡਾਕਟਰ ਹੋਵੇ, ਪਿੰਡ ਦਾ ਨਾਂ ਉੱਚਾ ਹੋ ਜਾਂਦਾ। ਪਹਿਲਾਂ ਤੁਸੀਂ ਸੁਣਿਆ ਨਾ ਆਪਣੇ ਜੱਸੋਵਾਲ ਸਾਹਿਬ ਦਾ ਨਾਮ ਕਿੰਨਾ ਦੁਨੀਆਂ 'ਤੇ ਸੰਸਾਰ 'ਤੇ, ਉਹ ਭਾਵੇਂ ਸੰਗੀਤ ਕਾ ਗੀਤਕਾਰ ਕਹਿ ਲਓ, ਕੁਛ ਵੀ ਕਹਿ ਲਓ, ਗੁਰਮੁਖੋ ਕਿਸੇ ਵੀ ਵਿਸ਼ੇ ਵੱਲ ਚੱਲਿਆ ਮਨਮੁੱਖ ਤਰੱਕੀ ਤਾਂ ਕਰਦਾ ਹੀ ਕਰਦਾ ਨਾ। ਕੋਈ ਸਾਧੂ ਬਣੇ ਚਾਹੇ ਕੋਈ ਸਾਧਗਿਰੀ 'ਚ ਪੈ ਗਿਆ, ਇਹ ਗੁਰਮੁਖੋ ਗੱਲਾਂ ਨੇ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਿਆ ਦੀਆਂ, ਜੋ ਸਭਨਾ ਕਾ ਪਿਆਰਾ ਸਤਿਗੁਰੂ ਕਹਿੰਦੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਿਹੜਾ ਹਰੀ ਨਾਲ ਪਰਮੇਸ਼ਰ ਦੇ ਨਾਲ ਪਿਆਰ ਕਰਨ ਲੱਗ ਜਾਂਦਾ, ਉਹਨਾਂ ਦੀ ਜੈ ਜੈਕਾਰ ਦੁਨੀਆਂ 'ਤੇ ਰਹਿੰਦੀ ਹੈ। ਆਓ ਇੱਕੋ ਧਾਰਨਾ ਪੜ੍ਹਾਂਗੇ, ਫਿਰ ਸਮਾਪਤੀ ਵੱਲ ਵਧੀਏ। ਸਾਰੇ ਬੋਲਿਆ ਕਰੋ ਗੱਜ ਕੇ, ਭਾਈ ਵੀ ਬੋਲਿਆ ਕਰੋ, ਸਾਰੇ ਰਸਨਾ ਪਵਿੱਤਰ ਕਰਿਆ ਕਰੋ। ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਇਹ ਸਿੱਧਾ ਕੀਰਤਨ ਮਲਵਈ ਕੀਰਤਨ ਦੀਆਂ ਧਾਰਨਾ ਚਲਾਈਆਂ। ਇਹ ਕਹਿੰਦੇ ਹੁੰਦੇ ਭਾਈ ਜਿਹੜਾ ਧਾਰਨਾ ਵਿੱਚ ਬੋਲੂਗਾ ਸਿੱਧੇ ਸੱਚਖੰਡ ਨੂੰ ਜਾਊ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਰਾਹ ਦੇ ਵਿੱਚ ਰੋਕ ਨਹੀਂ, ਕੋਈ ਰੁਕਾਵਟ ਨਹੀਂ ਹੋਣੀ,
ਜੰਮ ਵੀ ਗਲਾਂ ਵਿੱਚ ਫਾਹੀਆਂ ਨਹੀਂ ਪਾਉਣਗੇ ਜਿਹਦੇ ਗਲੇ ਵਿੱਚੋਂ ਕੀਰਤਨ ਦੀ ਆਵਾਜ਼ ਨਿਕਲ ਜੀ। ਦੇਖ ਲਓ ਹੁਣ ਕਿੰਨੀਆਂ ਪ੍ਰਵਾਨਗੀਆਂ। ਉਹਦੇ ਬਾਅਦ 50 ਸਾਲ ਮਹਾਂਪੁਰਖ ਰਾੜਾ ਸਾਹਿਬ ਵਾਲੇ ਉਹੀ ਆਨੰਦ ਵਾਲਾ ਕੀਰਤਨ ਵਰਤਾ ਕੇ ਗਏ ਨੇ। ਅੱਜ ਕਿੰਨੇ ਮਹਾਂਪੁਰਖ ਯਾਰੇ ਕਿਸ ਹੱਥੇ ਆਇਆ ਮੁਰਸਾਣੇ ਬਹੁਤ ਤੇਰੇ। ਅੱਜ ਕਿੰਨੇ ਮਹਾਂਪੁਰਖਾਂ ਤੋਂ ਆਨੰਦ ਮਾਣਦੇ ਹਾਂ। ਆਓ ਪਿਆਰ ਦੇ ਨਾਲ ਸਰਧਾ ਦੇ ਨਾਲ ਪੜ੍ਹੋ ਸਾਰੇ ਰੱਜ ਕੇ। ਇੱਕ ਪੀਰ ਦੇਵਰੀ ਲੱਗਾ ਪੀਰ ਹੋ ਗਏ, ਇੱਕ ਪੀਰ ਦੇਵਰੀ ਲੱਗਾ ਪੀਰ ਹੋ ਗਏ, ਇੱਕ ਪੀਰ ਦੇਵਰੀ ਲੱਗਾ ਪੀਰ ਹੋ ਗਏ, ਇੱਕ ਪੀਰ ਦੇਵਰੀ ਲੱਗਾ ਪੀਰ ਹੋ ਗਏ। ਮਹਾਂਪੁਰਖਾਂ ਦੀ ਹਰ ਵੇਲੇ ਲੋਚ ਰੱਖਿਆ ਕਰੋ, ਮਨ ਵਿੱਚ ਭਾਵਨਾ ਰਹੇ, ਨਾਮ ਜਪਣ ਵਾਲੇ ਸਾਧੂਆਂ ਦੀ ਸੰਗਤ ਕਰੋ। ਆਓ ਸਾਰੇ ਪਿਆਰ ਨਾਲ ਮਹਾਂਪੁਰਖਾਂ ਦਾ, ਸਾਰੇ ਨਗਰ ਦਾ, ਜਿਨ੍ਹਾਂ ਨੇ ਸਹਿਯੋਗ ਦੇ ਕੇ ਮਹਾਂਪੁਰਖਾਂ ਦੇ ਨਾਲ ਇੱਕ ਸਮਾਗਮ ਰਚਿਆ ਹੈ, ਸਾਰੇ ਪਿਆਰ ਦੇ ਨਾਲ ਆਓ, ਇੰਨੀਆਂ ਕੁ ਹਾਜ਼ਰੀਆਂ ਕਰੋ। ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।